ਦੁਨੀਆ ਭਰ ਵਿੱਚ ਬੈਠੇ ਪੰਜਾਬੀ ਪਿਆਰਿਓ, ਤੁਹਾਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ। ਆਨਲਾਈਨ ਇੰਟਰਵਿਊਜ਼ ਦਾ ਸਿਲਸਿਲਾ ਇਸ ਲਈ ਵੀ ਸਾਨੂੰ ਸ਼ੁਰੂ ਕਰਨਾ ਪਿਆ ਅਤੇ ਕੋਰੋਨਾ ਨੇ ਇੱਕ ਤਾਂ ਸਾਨੂੰ ਘਰਾਂ ਦੇ ਵਿੱਚ ਕੈਦ ਕਰਕੇ ਰੱਖ ਦਿੱਤਾ, ਦੂਜਾ ਦੁਨੀਆ ਭਰ ਦੇ ਵਿੱਚ ਬੈਠੇ ਉਹ ਸੁਚੱਜੇ ਪੰਜਾਬੀ ਜਿਨ੍ਹਾਂ ਦਾ ਲਿਟਰੇਚਰ, ਸੰਗੀਤ ਔਰ ਪੰਜਾਬੀ ਬੋਲੀ ਵਾਸਤੇ ਅਣਮੁੱਲਾ ਕੰਮ ਹੈ, ਉਹਨਾਂ ਨਾਲ ਅਸੀਂ ਬਹਿ ਕੇ ਇੰਟਰਵਿਊ ਨਹੀਂ ਕਰ ਸਕਦੇ। ਸੋ ਨਵੇਂ ਵੇਲੇ ਨੇ ਸਾਨੂੰ ਇੱਕ ਮੌਕਾ ਦਿੱਤਾ ਔਰ ਅਸੀਂ ਆਨਲਾਈਨ ਇੰਟਰਵਿਊਜ਼ ਦਾ ਉਹ ਸਿਲਸਿਲਾ ਸ਼ੁਰੂ ਕੀਤਾ। ਇਹ ਇੰਟਰਵਿਊਜ਼ ਦਾ ਸਿਲਸਿਲਾ ਤੁਹਾਡੇ ਲਈ ਹੀ ਹੈ ਤਾਂ ਕਿ ਇਹਦੇ ਵਿੱਚ ਅਸੀਂ ਕੁਝ ਜਾਣੀਏ ਕਿ ਕਿਹੜੇ ਕਿਹੜੇ ਮੁੱਖ ਤੋਂ, ਕਿਹੜੇ ਕਿਹੜੇ ਪਰਸਪੈਕਟਿਵ ਤੋਂ ਦੁਨੀਆ ਵੇਖਦੀ ਹੈ, ਉਹ ਲੋਕ ਦੇਖਦੇ ਹਨ ਜਿਨ੍ਹਾਂ ਦੀ ਕੰਟਰੀਬਿਊਸ਼ਨ ਇਹਨਾਂ ਸਾਰੀਆਂ ਪੱਖਾਂ ਦੇ ਵਿੱਚ ਹੈ। ਐਸੀ ਹੀ ਇੱਕ ਸ਼ਖਸੀਅਤ ਅੱਜ ਸਾਡੇ ਨਾਲ ਹਨ, ਪਰਮਿੰਦਰ ਸਿੰਘ ਸੋਚ ਜੀ। ਪਰਮਿੰਦਰ ਸਿੰਘ ਸੋਚ ਜੀ ਅਮੈਰੀਕਾ ਵੱਸਦੇ ਹਨ, ਲੇਕਿਨ ਇਹ ਵੀ ਦੱਸਦੇ ਜਾਈਏ ਕਿ ਪਾਕਿਸਤਾਨੀ ਲੋਕ ਜਿਹੜੇ ਇੱਥੇ ਬੈਠੇ ਨੇ ਉਹਨਾਂ ਵਾਸਤੇ ਕਿ ਇਹਨਾਂ ਦਾ ਜਨਮ ਇੱਥੇ ਪਾਕਿਸਤਾਨ ਦੇ ਇਲਾਕੇ ਸੂਬਾ ਬਲੋਚਿਸਤਾਨ ਦੇ ਸ਼ਹਿਰ ਕੁਏਟਾ ਵਿੱਚ ਹੁੰਦਾ ਹੈ। ਪਰਮਿੰਦਰ ਸਿੰਘ ਸੋਚ ਜੀ ਦੀ ਮੇਰੇ ਨਾਲ ਕੋਈ 7-8 ਸਾਲ ਤੋਂ ਅਸੀਂ ਫੇਸਬੁੱਕ 'ਤੇ ਫਰੈਂਡ ਹਾਂ। ਇੱਕ ਦੂਸਰੇ ਨੂੰ ਅਸੀਂ ਲੁੱਕ ਲੁੱਕ ਕੇ ਦੇਖਦੇ ਰਹਿੰਦੇ ਹਾਂ, ਇੱਕ ਦੂਸਰੇ ਨੂੰ ਸੁਣਦੇ ਰਹਿੰਦੇ ਹਾਂ ਕਿ ਕੀ ਹੋ ਰਿਹਾ ਹੈ। ਇਹ ਉਹਨਾਂ ਸ਼ਖਸੀਅਤਾਂ ਦੇ ਵਿੱਚ ਹਨ ਜਿਨ੍ਹਾਂ ਦੇ ਤੁਸੀਂ ਕਹਿ ਲਓ ਕਿ ਬਗੈਰ ਲੱਗੀ ਲਿਪਟੀ ਦੇ ਮੈਂ ਕੋਈ ਦਿਲੀ ਮੁਤਾਸਰ ਹਾਂ। ਇੰਤਹਾਈ ਮਿੱਠਾ ਲਹਿਜਾ, ਇੱਕ ਤਾਂ ਹੁੰਦਾ ਕਿ ਅਸੀਂ ਹਰ ਜਿਹੜਾ ਪੰਜਾਬੀ ਬੋਲੀ ਦੇ ਨਾਲ ਜੁੜੀ ਹੋਈ ਚੀਜ਼ ਉਹਨੂੰ ਕਹਿੰਦੇ ਹਾਂ ਕਿ ਬੜੀ ਮਿੱਠੀ ਹੈ, ਉਹ ਮਿੱਠੀ ਹੋਏ ਜਾਂ ਨਾ ਹੋਏ ਉਹਦਾ ਰਸ ਕੰਨਾਂ ਤੱਕ ਕੱਪੜੇ, ਰੂਹ ਤੱਕ ਕੱਪੜੇ ਜਾਂ ਨਾ ਆਪਣੇ, ਲੇਕਿਨ ਅਸੀਂ ਕਹਿ ਦਿੰਦੇ ਹਾਂ। ਲੇਕਿਨ ਇਹਨਾਂ ਦਾ ਲਹਿਜਾ ਉਹ ਠਹਿਰਾਓ ਵਾਲਾ ਹੈ, ਇਹਨਾਂ ਨੂੰ ਅਸੀਂ ਜਦੋਂ ਸੁਣਦੇ ਹਾਂ ਤਾਂ ਦਿਲ ਕਰਦਾ ਹੈ ਸੁਣਦੇ ਜਾਈਏ, ਵੇਲੇ ਦੀ ਕੈਦ ਉਸ ਤੋਂ ਅਸੀਂ ਨਿਕਲ ਜਾਂਦੇ ਹਾਂ। ਮਿੱਠਾ ਬੋਲਣਾ ਔਰ ਢੰਗ ਦਾ ਬੋਲਣਾ ਔਰ ਉਹ ਬੋਲਣਾ ਜਿਹੜਾ ਮੁਤਾਲੇ ਤੋਂ ਬਾਅਦ ਕੋਈ ਇਨਸਾਨ ਬੋਲਦਾ ਹੈ, ਜਿਹੜਾ ਰੀਡਿੰਗ ਤੋਂ, ਰਿਸਰਚ ਤੋਂ ਬਾਅਦ ਇਨਸਾਨ ਬੋਲਦਾ ਹੈ। ਇੱਕ ਇਨਸਾਨ ਹੁੰਦਾ ਹੈ ਜਿਹੜਾ ਬੁੱਲੇ ਸ਼ਾਹ ਸਾਹਿਬ ਨੇ ਫਰਮਾਇਆ ਸੀ ਪਾ ਪੜਿਆ, ਉਹ ਪਾ ਪੜਾ ਜਿਹੜਾ ਹੁੰਦਾ ਹੈ ਨਾ, ਕੋਈ ਇੱਕ ਲਾਈਨ ਦੇਖ ਕੇ ਤਾਂ ਉਹਦੇ 'ਤੇ ਸ਼ੋਰ ਪਾ ਦਿੰਦਾ, ਉਹ ਆਪਣੇ ਅੰਦਰ ਉਸਨੂੰ ਅਬਜ਼ਰਵ ਨਹੀਂ ਕਰਦਾ ਕਿ ਇਹ ਕਿਹੜੀ ਕੈਫੀਅਤ ਹੈ, ਇਹ ਕੀ ਹੈ। ਸੋ ਪਰਮਿੰਦਰ ਸਿੰਘ ਸੋਚ ਜੀ ਉਹਨਾਂ ਸਾਰੀਆਂ ਕੈਫੀਅਤਾਂ ਤੋਂ ਮੈਂ ਜਾਣਦਾ ਹਾਂ ਕਿ ਨਿਕਲੇ ਹੋਏ ਨੇ ਔਰ ਅੱਜ ਸਾਡੇ ਨਾਲ ਹਨ, ਸਾਡੀ ਖੁਸ਼ਕਿਸਮਤੀ ਹੈ ਸਾਨੂੰ ਉਹਨਾਂ ਨੇ ਟਾਈਮ ਦਿੱਤਾ। ਅਮੈਰੀਕਾ ਤੋਂ ਖਾਸ ਇਸ ਵੇਲੇ ਉੱਥੇ ਰਾਤ ਦਾ ਟਾਈਮ ਹੋ ਚੁੱਕਾ ਹੈ, ਲੇਕਿਨ ਸਾਡੇ ਨਾਲ ਆਨਲਾਈਨ ਹਨ ਜੀ ਆਇਆਂ ਨੂੰ ਪਰਮਿੰਦਰ ਸਿੰਘ ਸੋਚ ਜੀ, ਸਤਿ ਸ੍ਰੀ ਅਕਾਲ ਜੀ। ਜਨਾਬ ਆਦਾਬ ਤੇ ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ ਤੁਹਾਨੂੰ ਔਰ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਮੇਰਾ ਤਹਿ ਦਿਲ ਤੋਂ ਸ਼ੁਕਰਾਨਾ ਔਰ ਮੈਂ ਬਹੁਤ ਮਸ਼ਕੂਰ ਹਾਂ, ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਤੁਸੀਂ ਆਪਣੇ ਸਾਰੇ ਸਰੋਤਿਆਂ ਦੇ ਰੂਬਰੂ ਕੀਤਾ ਜੀ। ਬੜੀ ਖੁਸ਼ੀ ਦੀ ਗੱਲ ਹੈ ਪਰਮਿੰਦਰ ਸਿੰਘ ਸੋਚ ਜੀ। ਕੁਛ ਸਾਡੇ ਸੁਣਨ ਵਾਲਿਆਂ ਨੂੰ ਇਹ ਵੀ ਦੱਸੋ, ਇੱਕ ਜਿਹੜੀ ਤੁਹਾਡੀ ਮੇਰੀ ਸਾਂਝ ਹੈ ਉਹ ਇੱਕ ਤਾਂ ਬਣਦੀ ਹੈ ਜਰਨਲਿਜ਼ਮ ਦੀ, ਕਿਉਂਕਿ ਤੁਹਾਡੀ ਲਾਈਫ ਵੀ ਜਰਨਲਿਜ਼ਮ ਦੇ ਨਾਲ ਜੁੜੀ ਰਹੀ ਔਰ ਮੇਰੀ ਲਾਈਫ ਵੀ ਜਿਹੜਾ ਮੇਰਾ ਸਟਾਰਟ ਹੈ ਪ੍ਰੈਕਟੀਕਲੀ ਲਾਈਫ ਦਾ ਉਹ ਜਰਨਲਿਜ਼ਮ ਦੇ ਨਾਲ ਹੈ। ਉਸ ਤੋਂ ਬਾਅਦ ਬੇਸ਼ੱਕ ਅਸੀਂ ਆਪਣੀਆਂ ਫੀਲਡਜ਼ ਉਹ ਵੇਲੇ ਦੇ ਲੋੜਾਂ ਦੇ ਮੁਤਾਬਿਕ ਉਹਨੂੰ ਮੈਂ ਤਾਂ ਵੱਖ ਕਰ ਲਈਆ, ਗੁੰਮ ਗੁੰਮਾ ਕੇ ਫਿਰ ਮੈਂ ਦੁਬਾਰਾ ਉਸੇ ਦੇ ਵਿੱਚ ਆ ਗਈਆਂ ਕੋਈ 15 ਸਾਲਾਂ ਬਾਅਦ। ਅਤੇ ਤੁਸੀਂ ਸੁਣਾਓ ਆਪਣੀ ਲਾਈਫ ਦੇ ਬਾਰੇ, ਕੁਛ ਆਪਣੀ ਲਾਈਫ ਜਰਨੀ ਜਿਹੜੀ ਹੈ ਉਹਦੇ ਬਾਰੇ ਅਗਰ ਸਾਡੇ ਜਿਹੜੇ ਸੁਣਨ ਵਾਲੇ ਹਨ ਉਹ ਜਾਣਨਾ ਚਾਹੁਣ ਕਿ ਕਿੱਥੋਂ ਸਟਾਰਟ ਹੁੰਦੀ ਹੈ, ਕਿਵੇਂ ਹੈ ਅਤੇ ਕਿੱਥੇ ਅੱਜ ਕੀ ਕਰ ਰਹੇ ਹੋ, ਕਿੱਥੇ ਰਹਿ ਰਹੇ ਹੋ ਜੀ। ਪਰਮਿੰਦਰ ਸਿੰਘ ਸੋਚ ਜੀ, ਰਜ਼ਾ ਸਾਹਿਬ, ਪੈਦਾਇਸ਼ ਮੇਰੀ ਕੋਇਟਾ ਬਲੋਚਿਸਤਾਨ ਦੇ ਸੂਬੇ 'ਚ ਹੋਈ ਹੈ 1938 ਦਸੰਬਰ ਵਿੱਚ, ਪਰ ਮੈਂ ਮੇਰੇ ਖਿਆਲ ਨਾਲ 3 ਸਾਲ ਦਾ ਵੀ ਨਹੀਂ ਸਾਂ, ਉੱਥੋਂ ਅਸੀਂ ਵਾਪਸ ਆ ਗਏ ਸੀ ਅੰਮ੍ਰਿਤਸਰ ਦੇ ਵਿੱਚ। ਉਸ ਤੋਂ ਬਾਅਦ ਫਿਰ ਕੋਇਟੇ ਨੂੰ
ਮੈਂ ਨਹੀਂ ਵੇਖ ਸਕਿਆ, ਨਾ ਕੋਈ ਯਾਦ ਹੈ, ਪਰ ਕੋਇਟਾ ਹਾਲੇ ਵੀ ਮੇਰੇ ਦਿਲ ਵਿੱਚ ਵਸਦਾ ਹੈ ਜੀ। ਬੜੀ ਤਮੰਨਾ ਹੈ ਕੋਇਟੇ ਨੂੰ ਵੇਖਣ ਦੀ, ਜਿਸ ਸ਼ਹਿਰ 'ਚ ਮੈਂ ਪੈਦਾ ਹੋਇਆ। ਜਿੱਥੋਂ ਤੱਕ ਮੇਰੀ ਪੱਤਰਕਾਰੀ ਦਾ ਤਲਕ ਹੈ, 1960 ਵਿੱਚ ਇੱਕ ਡਾਕਟਰ ਜਸਵੰਤ ਸਿੰਘ ਨੇਕੀ ਹੋਏ ਨੇ, ਜਿਨ੍ਹਾਂ ਨੂੰ ਗੁਜ਼ਰਿਆਂ ਨੂੰ ਮੇਰਾ 3 ਸਾਲ ਹੋ ਗਏ ਨੇ। ਉਹ ਆਲ ਇੰਡੀਆ ਸਾਈਕੈਟਰੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ, ਈਵਨ ਵਰਲਡ ਲੈਵਲ ਦੇ ਉੱਤੇ ਵੀ। ਉਹਨਾਂ ਨੇ ਮੈਨੂੰ ਪੱਤਰਕਾਰੀ ਵੱਲ ਮੋੜਿਆ ਮੇਰੇ ਸ਼ੌਕ ਵੇਖ ਕੇ। ਅਤੇ ਤੁਸੀਂ ਹੁਣ ਪੁੱਛੋਗੇ ਕਿ ਮੈਨੂੰ ਇਹ ਲਿਟਰੇਚਰ ਦਾ ਜਾਂ ਪੱਤਰਕਾਰੀ ਦਾ ਸ਼ੌਕ ਕਿਵੇਂ, ਇਹ ਪੈਦਾ ਕਿੱਥੋਂ ਹੁੰਦਾ ਜੀ? ਜੀ ਡੈਫੀਨੇਟਲੀ, ਮੇਰੇ ਪਿਤਾ ਜੀ ਸਰਦਾਰ ਨਰਿੰਦਰ ਸਿੰਘ ਸੋਚ, ਇਹ ਉਹਨਾਂ ਦਾ ਪੈਨ ਨੇਮ ਸੀ ਜੀ, ਉਹਨਾਂ ਦਾ ਤਖਲਸ ਸੀ। ਗੋਤ ਵਜੋਂ ਅਸੀਂ ਸੰਧੂ ਹੁੰਦੇ ਹਾਂ ਵੈਸੇ, ਪਰ ਮੇਰੇ ਫਾਦਰ ਨੇ ਇਹ ਤਖਲਸ ਉਹਨਾਂ ਦਾ ਸੀ ਹੈ। ਅਸਾਂ ਮੁੜ ਕੇ ਉਸ ਨੂੰ ਤਖਲਸ ਨੂੰ ਫੈਮਿਲੀ ਨੇਮ ਬਣਾ ਲਿਆ। ਠੀਕ ਹੈ, ਮੇਰੇ ਵੱਡੇ ਭਾਈ ਨੇ ਵੀ, ਮੈਂ ਵੀ ਅਤੇ ਮੇਰੇ ਅੱਗੋਂ ਬੱਚਿਆਂ ਨੇ ਵੀ ਉਹ ਫੈਮਿਲੀ ਨੇਮ ਨੂੰ, ਤਖਲਸ ਨੂੰ ਫੈਮਿਲੀ ਨੇਮ ਬਣਾ ਲਿਆ। ਠੀਕ ਹੈ, ਅਤੇ ਇਹ ਫਿਰ ਪੈਨ ਨੇਮ ਬਣ ਗਿਆ ਜੀ ਮੇਰਾ ਵੀ। ਅੱਗੋਂ ਆਈ ਗੱਲ ਰਜ਼ਾ ਸਾਹਿਬ ਸਾਂਝ ਦੀ, ਤੁਹਾਡੇ ਨਾਲ ਸਾਂਝ ਮੇਰੀ 8 ਸਾਲ ਦੀ ਹੋਵੇ ਜਾਂ 8 ਮਹੀਨਿਆਂ ਦੀ ਹੋਵੇ ਜਾਂ 8 ਦਿਨਾਂ ਦੀ ਹੋਵੇ, ਮੈਂ ਮਹਿਸੂਸ ਇਹ ਕਰਦਾ ਵਾਂ ਕਿ ਹਰ ਪੰਜਾਬੀ, ਚਾਹੇ ਉਹ ਪਾਕਿਸਤਾਨ ਵਿੱਚ ਹੋਵੇ, ਇੰਗਲਿਸਤਾਨ ਵਿੱਚ ਹੋਵੇ, ਕੈਨੇਡਾ ਵਿੱਚ ਹੋਵੇ, ਯੂਰਪ ਵਿੱਚ ਹੋਵੇ, ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਹੋਵੇ, ਉਹ ਪੰਜਾਬੀਆਂ ਦੀ ਇੱਕ ਸਾਂਝ, ਬੜੀ ਮਜ਼ਬੂਤ ਸਾਂਝ ਹੈ। ਔਰ ਉਹ ਸਾਂਝ ਏਡੀ ਉਹਦੇ 'ਚ ਜਾਨ ਹੈ। ਮੈਂ ਤੁਹਾਨੂੰ ਇੱਕ ਵਾਕਿਆਤ ਦੱਸਣਾ ਚਾਹਾਂਗਾ ਜੀ, ਕਾਇੰਡਲੀ ਪਲੀਜ਼ ਪਲੀਜ਼। 14 ਕੁ ਸਾਲ ਪਹਿਲਾਂ ਮੈਨੂੰ ਇੱਕ ਮੌਕਾ ਨਸੀਬ ਹੋਇਆ ਪਾਕਿਸਤਾਨ ਵਿੱਚ ਲਾਹੌਰ ਵਿੱਚ ਆ ਕੇ ਇੱਕ ਕਾਨਫਰੰਸ ਨੂੰ ਅਟੈਂਡ ਕਰਨ ਦਾ ਬਤੌਰ ਡੈਲੀਗੇਟ ਦੇ। ਠੀਕ ਹੈ, ਜਿਸ ਹੋਟਲ ਦੇ ਵਿੱਚ ਉਹ ਕਾਨਫਰੰਸ ਹੋਈ ਡਾਊਨਟਾਊਨ ਲਾਹੌਰ ਦੇ ਵਿੱਚ, ਉਸ ਹੋਟਲ ਦੇ ਜਿਹੜਾ ਸੀ ਇੱਕ ਮੈਨੇਜਰ ਬੈਵਰੇਜਸ ਦਾ ਅਤੇ ਫੂਡ ਅਤੇ ਬੈਵਰੇਜ ਦਾ ਮੈਨੇਜਰ, ਮੈਂ ਉਹਨਾਂ ਦੀ ਉਹ ਮਹਿਮਾਨ ਨਹੀਂ ਸਨ ਉੱਥੇ, ਡੈਲੀਗੇਟ ਨਹੀਂ ਸਨ, ਪਰ ਉਹਨਾਂ ਨੇ ਉੱਥੇ ਪਹੁੰਚ ਕੇ ਇੱਕ ਨਜ਼ਮ ਸੁਣਾ ਦਿੱਤੀ। ਉਹ ਨਜ਼ਮ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ, ਜਿੱਥੋਂ ਪਤਾ ਲੱਗਦਾ ਕਿ ਪੰਜਾਬੀਆਂ ਦੀ ਪੰਜਾਬੀਆਂ ਨਾਲ ਸਾਂਝ ਕਿੰਨੀ ਹੁੰਦੀ ਹੈ ਜੀ। ਜੀ ਜੀ ਇੱਕ ਸੈਕਿੰਡ ਦੇਣਾ ਜੀ। ਉਹਨਾਂ ਦਾ ਨਾਂ ਹੈ ਜੀ ਹਰੂਨ ਸਾਹਿਬ, ਜਨਾਬ ਹਰੂਨ। ਠੀਕ ਹੈ, ਉਹ ਲਿਖਦੇ ਨੇ ਵੰਡੀਆਂ ਪਾਵਨ ਵਾਲੇ ਵੰਡੀਆਂ ਪਾਉਂਦੇ ਨੇ, ਇਹ ਲਾਹੌਰ ਦੇ ਵਿਛਦੇ ਨੇ। ਠੀਕ ਹੈ, ਇਹ ਜਨਾਬ ਹਰੂਨ ਸਾਹਿਬ। ਔਰ ਮੈਂ ਫਿਰ ਉਹਨਾਂ ਨੂੰ ਗੁਜ਼ਾਰਿਸ਼ ਕੀਤੀ, ਜਦੋਂ ਉਹਨਾਂ ਨੇ ਨਜ਼ਮ ਬੋਲ ਲਈ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਸਪੈਸ਼ਲੀ ਜਾ ਕੇ, ਮੈਂ ਕਿਹਾ ਜੀ ਮੈਨੂੰ ਇਹ ਤੁਹਾਡੀ ਨਜ਼ਮ ਚਾਹੀਦੀ ਹੈ। ਉਹਨਾਂ ਨੇ ਉਸੇ ਵੇਲੇ ਆਪਣੇ ਦਫ਼ਤਰ ਜਾ ਕੇ ਸ਼ਾਹਮੁਖੀ ਵਿੱਚ ਲਿਖ ਕੇ ਮੈਨੂੰ ਦੇ ਦਿੱਤੀ ਉਹ ਕਾਗਜ਼। ਅੱਜ ਵੀ ਮੇਰੇ ਕੋਲ ਇੱਕ ਤਰ੍ਹਾਂ ਨਾਲ ਅਮਾਨਤ, ਬੜੀ ਕੀਮਤੀ ਚੀਜ਼ ਸਾਂਭੀ ਹੋਈ ਹੈ। ਉਹ ਲਿਖਦੇ ਨੇ ਵੰਡੀਆਂ ਪਾਵਨ ਵਾਲੇ ਵੰਡੀਆਂ ਪਾਉਂਦੇ ਨੇ, ਉਹ ਵੰਡੀਆਂ ਪਾਉਂਦੇ ਥੱਕਦੇ ਨਹੀਂ, ਕੌਮਾਂ ਨਸਲਾਂ ਵੰਡਾਂ ਦੇ ਕੋਹਲੂ ਵਿੱਚ ਪਾ ਕੇ ਗੇੜਦੇ ਰਹਿੰਦੇ, ਵੰਡਾਂ ਦੇ ਕੋਹਲੂ ਵਿੱਚ ਪਾ ਕੇ ਗੇੜਦੇ ਰਹਿੰਦੇ, ਵੰਡੀਆਂ ਦੇ ਨਿਤ ਨਵੀਆਂ ਵੰਡਾਂ ਕਰਦੇ ਰਹਿੰਦੇ,
ਖੁਸ਼ੀਆਂ ਦੀ ਵੰਡ, ਗਮੀਆਂ ਦੀ ਵੰਡ, ਖਵਾਬਾਂ ਤੇ ਸਧਨਾਂ ਦੀ ਵੰਡ, ਵੱਖੋ ਵੱਖਰੇ ਮੁਸਤਕਬਲ ਦੀ ਤੇ ਕੱਲ ਦੀ ਵੰਡ, ਤਹਿਜ਼ੀਬਾਂ ਤੇ ਕਲਚਰ ਦੀ ਵੰਡ, ਮਾਈਏ ਬੋਲੀ ਟੱਪੇ ਦੀ ਵੰਡ, ਗਿੱਧੇ ਝੂਮਰ ਲੁੱਡੀ ਦੀ ਵੰਡ, ਇੱਕੋ ਘਰ ਦੇ ਪੁੱਤਰਾਂ ਦੀ ਵੰਡ, ਨਾਨਕ ਦੀ ਵੰਡ, ਬੁੱਲੇ ਤੇ ਬਾਹੂ ਦੀ ਵੰਡ, ਇਹ ਤੇਰੀ ਇਹ ਮੇਰੀ ਦੀ ਵੰਡ, ਦੋਸਤੀ ਦੀ ਵੰਡ, ਧਰਤੀ ਦੀ ਵੰਡ, ਮਾਂ ਦੀ ਵੰਡ, ਫਿਰ ਇਸ ਵੰਡ ਨੂੰ ਮੁੱਖ ਬਣਾ ਕੇ ਜੰਗਾਂ ਕਰਦੇ, ਲਹੂ ਵਗਾਉਂਦੇ, ਇੱਕੋ ਮਾਂ ਦੇ ਟੋਟੇ ਕਰਕੇ ਆਪਣੀ ਆਪਣੀ ਮਾਂ ਬਚਾਉਂਦੇ, ਇੱਕੋ ਮਾਂ ਦੇ ਟੋਟੇ ਕਰਕੇ ਆਪਣੀ ਆਪਣੀ ਮਾਂ ਬਚਾਉਂਦੇ, ਪਰ ਵੰਡਾਂ ਪਾਵਣ ਵਾਲੇ ਸ਼ਾਇਦ ਭੁੱਲ ਗਏ ਨੇ, ਪੁੱਤਰ ਭਾਵੇਂ ਵੰਡੇ ਜਾਵਣ, ਪੁੱਤਰ ਭਾਵੇਂ ਵੰਡੇ ਜਾਵਣ, ਵੱਖ ਹੋ ਜਾਵਣ, ਮਾਂ ਹਮੇਸ਼ਾ ਮਾਂ ਰਹਿੰਦੀ ਹੈ, ਪੁੱਤਰਾਂ ਦੇ ਲਈ ਛਾਂ ਰਹਿੰਦੀ ਹੈ। ਰਜ਼ਾ ਸਾਹਿਬ, ਪੰਜਾਬ ਸਾਡੀ ਮਾਂ ਹੈ ਜੀ, ਬੇਸ਼ੱਕ ਮੈਂ ਇੱਥੇ ਬੈਠਾ ਵੀ ਪੰਜਾਬ ਮੇਰੀ ਮਾਂ ਹੈ। ਮੁਆਫ ਕਰਨਾ, ਸਿਆਸਤਦਾਨਾਂ ਨੇ ਧਰਤੀ ਵੰਡ ਲਈ ਹੈ, ਤੁਸੀਂ ਮੈਂ ਨਹੀਂ ਵੰਡੇ ਗਏ। ਬਿਲਕੁਲ ਬਿਲਕੁਲ, ਮੈਂ ਸਭ ਤੋਂ ਪਹਿਲਾਂ, ਮੈਨੂੰ ਜਦੋਂ ਮੌਕਾ ਮਿਲਿਆ ਪਾਕਿਸਤਾਨ ਜਾਣ ਦਾ, 1955 ਦੀ ਗੱਲ ਹੈ ਜੀ, 1955 ਮਿਰਹਨ ਤਕਸੀਮ ਤੋਂ ਬਾਅਦ ਪਹਿਲੀ ਵਾਰੀ ਪਾਕਿਸਤਾਨ ਖੁੱਲ੍ਹਾ ਤੇ ਹਿੰਦੁਸਤਾਨ ਵੀ ਖੁੱਲ੍ਹਾ, ਕ੍ਰਿਕਟ ਦੇ ਮੈਚ ਹੋ ਰਹੇ ਸਨ, ਤੇ ਉਸ ਭੱਜ ਮੈਂ ਵੀ ਚਲਾ ਗਿਆ। ਉਹਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਵਿੱਚ ਲੋਕਾਂ ਨੇ ਸਿੱਖ ਨਹੀਂ ਸਨ ਵੇਖੇ ਹੋਏ, ਠੀਕ ਹੈ, ਉਹਨਾਂ ਲਈ ਬੜੀ ਅਜੀਬ ਸਨ ਕਿ ਇਹ ਲੋਕ ਕਿਹੋ ਜਿਹੇ ਹੋਣਗੇ, ਕਿਹੋ ਜਿਹੀਆਂ ਸ਼ਕਲਾਂ ਹੋਣਗੀਆਂ, ਕਿਹੋ ਜਿਹੇ ਸੁਭਾਅ ਦੇ ਮਾਲਕ ਹੋਣਗੇ, ਕਿਹੋ ਜਿਹੇ ਇਖਲਾਕ ਦੇ ਮਾਲਕ ਹੋਣਗੇ। ਤੇ ਕਮਾਲ ਦੀ ਗੱਲ ਇਹ ਹੈ, ਸੋਰੀ ਮੈਂ ਤੁਹਾਨੂੰ ਕੱਟ ਰਹੀ ਹਾਂ, ਇਹ ਕਿਹੜੇ ਸਨ ਦੀ ਗੱਲ, 1955 ਤੁਸੀਂ ਕਿਹਾ? ਜੀ ਹਾਂ, 1955, ਠੀਕ ਹੈ ਠੀਕ ਹੈ। ਤੇ ਉਹ ਜਦੋਂ ਮੈਂ ਗਿਆ ਵਾਂ, ਮੈਂ ਤਜਬ ਵਾਲੀ ਗੱਲ ਹੈ ਕਿ ਲੋਕਾਂ ਨੇ ਆਪਣੇ ਘਰਾਂ ਦੇ ਬੂਹੇ ਖੋਲ ਦਿੱਤੇ ਨੇ, ਉਹਨਾਂ ਦੀਆਂ ਧੀਆਂ ਭੈਣਾਂ ਬੇਟੀਆਂ ਬਹੂ ਰਾਣੀਆਂ, ਕੋਈ ਪੜਦਾ ਨਹੀਂ ਸੀ, ਬਾਵਜੂਦ ਇਸਦੇ ਕਿ ਪਰਦੇ ਵਾਲਾ ਮੁਲਕ ਸੀ, ਉਹਨਾਂ ਨੇ ਸਾਨੂੰ ਆਪਣੇ ਘਰ ਦੀਆਂ ਬਹੂ ਬੇਟੀਆਂ ਨਾਲ ਮਿਲਾਇਆ ਕਿ ਇਹ ਸਰਦਾਰ ਨੇ। ਪਰ ਜਿਹਨਾਂ ਨੇ ਨਫ਼ਰਤਾਂ ਬੀਜੀਆਂ ਸਨ, ਮੈਂ ਤੁਹਾਨੂੰ ਉਹ ਵੀ ਗੱਲ ਸੁਣਾਉਂਦਾ, ਤੁਸਾਂ ਨਹੀਂ ਉਹ ਵੇਖਿਆ ਹੋਏਗਾ, ਜਿਹੜਾ ਕਾਇਦਾ ਹੁੰਦਾ ਸੀ ਜੀ ਉਰਦੂ ਦਾ, ਅਲਫਾਬੈਟਸ ਦਾ, ਠੀਕ, ਉਹਦੇ ਵਿੱਚ ਜਿੱਥੇ ਲਫ਼ਜ਼ ਕਾਫ ਹੁੰਦਾ ਸੀ ਉਰਦੂ ਦਾ ਲੈਟਰ, ਉਹਦੇ ਅੱਗੇ ਸਰਦਾਰ ਦੀ ਫੋਟੋ ਬਣੀ ਹੁੰਦੀ ਸੀ ਤੇ ਲਿਖਿਆ ਹੁੰਦਾ ਸੀ ਕਾਫਰ। ਹਾਏ ਹਾਏ ਹਾਏ, ਉਹ ਕਾਫਰ ਕਹਿਣ ਵਾਲਾ ਮੁਲਕ, ਲੋਕਾਂ ਨੇ ਉਹਨਾਂ ਕਾਫਰਾਂ ਨੂੰ, ਸਰਦਾਰਾਂ ਨੂੰ ਅੱਖਾਂ ਤੇ ਚੁੱਕ ਲਿਆ, ਹੱਥੀ ਛਾਵਾਂ ਕੀਤੀਆਂ। ਜੇ ਕਿਸੇ ਨੇ ਟਾਂਗੇ ਦੀ ਸਵਾਰੀ ਕੀਤੀ ਤੇ ਟਾਂਗੇ ਵਾਲੇ ਨੇ ਪੈਸੇ ਨਹੀਂ ਲਏ, ਕਹਿੰਦਾ ਸਰਦਾਰ ਜੀ ਤੁਹਾਡੇ ਕੋਲ ਪੈਸਾ ਨਹੀਂ ਲੈਣਾ। ਜੇ ਕੋਈ ਸਰਦਾਰ ਕਿਸੇ ਰੈਸਟੋਰੈਂਟ ਚ ਵੜ ਗਿਆ, ਖਾਣਾ ਖਾਧਾ, ਚਾਹ ਪੀਤੀ ਹੈ, ਉਹਨਾਂ ਨੇ ਪੈਸਾ ਨਹੀਂ ਲਿਆ, ਲੋਕਾਂ ਨੇ ਬਾਹਾਂ ਫੜ ਫੜ ਕੇ ਘਰ ਲੈ ਕੇ ਗਏ ਨੇ, ਦੁਕਾਨਾਂ ਤੇ ਲੈ ਕੇ ਗਏ ਨੇ, ਇੱਥੋਂ ਤੱਕ ਕਿ ਦੱਸੋ ਜੀ ਤੁਹਾਨੂੰ ਤੋਹਫਾ ਵੀ ਦੇਈਏ ਜਾਣ ਲੱਗਿਆਂ, ਖਾਣਾ ਕੀ ਹੈ, ਕੀ ਖਾਓਗੇ। ਇਸੇ ਤਰ੍ਹਾਂ ਜਦੋਂ ਉਹ ਆਏ ਨੇ ਇੱਧਰ, ਇੱਧਰਲੇ ਪੰਜਾਬੀਆਂ ਨੂੰ ਵੀ ਉਹਨਾਂ ਨੂੰ ਸੀਨੇ ਨਾਲ ਲਾਇਆ, ਬਗਲਗੀਰ ਹੋਏ ਨੇ ਜਿਵੇਂ ਦੋ ਭਰਾ ਵਿਛੜੇ ਹੋਣ। ਬਿਲਕੁਲ, ਸੋ ਇਹ ਬੜੀ ਖੂਨ ਦੀ ਸਾਂਝ ਹੈ
ਬੋਲੀ ਦੀ ਸਾਂਝ ਹੈ, ਤਹਿਜ਼ੀਬ ਦੀ ਸਾਂਝ ਹੈ, ਕਲਚਰ ਦੀ ਸਾਂਝ ਹੈ। ਦੇਖੋ ਪਰਮਿੰਦਰ ਜੀ, ਮੈਂ ਇੱਥੇ ਇੱਕ ਚੀਜ਼ ਐਡ ਕਰਦਾ ਜਾਵਾਂਗਾ, ਤੁਸੀਂ ਮੇਰੇ ਵੱਡੇ ਹੋ, ਜ਼ਰੀ ਗੱਲ ਹੈ, ਤੁਹਾਡੇ ਤੋਂ ਹੀ ਅਸੀਂ ਇਹ ਚੀਜ਼ਾਂ ਸੁਣੀਆਂ ਅਤੇ ਫਿਰ ਉਹਨਾਂ ਨੂੰ ਆਪਣੇ 'ਤੇ ਹੰਡਾਇਆ ਹੈ। ਪਹਿਲੀ ਦਫ਼ਾ ਮੈਨੂੰ ਨਨਕਾਣਾ ਸਾਹਿਬ ਦੇ ਵਿੱਚ ਮੈਂ ਕੋਈ ਗਿਆ, ਅੱਜ ਤੋਂ ਕੋਈ 7-8 ਸਾਲ ਪੁਰਾਣੀ ਗੱਲ ਹੋਏਗੀ, ਅਤੇ ਤੁਹਾਡੀ ਹੀ ਉਮਰ ਦੇ ਇੱਕ ਚਾਚਾ ਜੀ ਮੈਨੂੰ ਮਿਲੇ, ਅਤੇ ਜੀ ਹਾਂ, ਦੇਖ ਕੇ ਨਾ ਅਤੇ ਐਵੇਂ ਕੋਈ ਸਤਿ ਸ਼੍ਰੀ ਅਕਾਲ ਮੈਂ ਬੋਲਿਆ, ਉਹਨਾਂ ਨੇ ਸਲਾਮ ਬੋਲਿਆ ਅਤੇ ਖੜੇ ਹੋ ਗਏ, ਗੱਲਬਾਤ ਕਰਨ ਲੱਗ ਗਏ। ਜਲੰਧਰ ਵਾਲੀ ਸਾਈਡ ਦੇ ਸਨ ਅਤੇ ਗੱਲਾਂ ਕਰਦੇ ਕਰਦੇ ਨਾ ਮੈਨੂੰ ਕਹਿੰਦੇ, ਪੁੱਤ ਸਾਡਾ ਖੂਨ ਇੱਕ ਹੈ, ਕਿਆ ਬਾਤ ਹੈ, ਬਾਕੀ ਸਾਰੀਆਂ ਗੱਲਾਂ ਬਾਅਦ ਦੀਆਂ, ਸਾਡਾ ਖੂਨ ਇੱਕ ਹੈ। ਅਤੇ ਮੇਰੇ ਤੋਂ ਉਹ ਗੱਲ ਅਬਜ਼ਰਵ ਨਹੀਂ ਹੋਈ, ਸਟੇਟ ਦੀ ਪਾਈ ਹੋਈ, ਸਟੇਟ ਦਾ ਬਿਆਨੀਆ ਨਫ਼ਰਤ ਦੀਆਂ ਬੁਨਿਆਦਾਂ 'ਤੇ ਇਤਨਾ ਮਜ਼ਬੂਤ ਸੀ ਕਿ ਮੇਰੇ ਤੋਂ ਸੋਚਿਆ ਨਹੀਂ ਗਿਆ, ਮੈਨੂੰ ਗੁੱਸਾ ਆਇਆ, ਮੈਂ ਘਰ ਆ ਗਿਆ, ਲਾਹੌਰ ਆ ਗਿਆ, ਉਹ ਗੱਲ ਮੇਰੇ ਜ਼ਿਹਨੋਂ ਨਹੀਂ ਨਿਕਲੀ। ਮੈਂ ਆਪਣੇ ਕੰਮ ਕਾਰ ਕਰਦਾ ਰਿਹਾ ਅਤੇ ਮੇਰਾ ਉੱਕਦਾ ਤੁਸੀਂ ਕਹਿ ਲਓ ਜਾਂ ਰਾਜ਼, ਸਾਦਾ ਜੀ ਗੱਲ, ਲੇਕਿਨ ਸਟੇਟ ਦਾ ਨਫ਼ਰਤੀ ਬਿਆਨੀਆ ਦੇਖੋ ਕਿਤਨਾ ਮਜ਼ਬੂਤ ਹੈ ਸਾਡੇ ਜ਼ਿਹਨਾਂ 'ਤੇ, ਕਿ ਉਹ ਗੱਲ ਮੈਨੂੰ ਕੋਈ ਚੌਥੇ ਪੰਜਵੇਂ ਦਿਨ ਸਮਝ ਆਈ। ਦੇਖੋ ਜੀ ਮਿਸਾਲ ਦੇ ਤੌਰ 'ਤੇ ਪੰਜਵੀਂ ਨਸਲ ਮੇਰੀ, ਉਹ ਕੁਛ ਹੋਰ ਹੁੰਦਾ, ਕੋਈ ਹੋਰ ਮਜ਼ਹਬ ਸੀ, ਛੇਵੀਂ ਨਸਲ ਜਿਹੜੀ ਸੀ ਉਹਦਾ ਕੋਈ ਹੋਰ ਮਜ਼ਹਬ ਹੈ, ਠੀਕ ਹੈ। ਅੱਗੇ ਆ ਕੇ ਮੇਰੇ ਵੱਡੇ ਉਹ ਮਜ਼ਹਬ ਚੇਂਜ ਕਰ ਲੈਂਦੇ, ਸੇਮ ਇਹ ਹੈ ਕਿ ਕੁਛ ਸਿੱਖ ਬਣ ਜਾਂਦੇ ਨੇ, ਕੁਛ ਮੁਸਲਮਾਨ ਬਣ ਜਾਂਦੇ ਨੇ, ਕੁਛ ਹਿੰਦੂ ਰਹਿ ਜਾਂਦੇ, ਠੀਕ ਹੈ। ਬਲੱਡ ਤੇ ਇੱਕ ਹੈ, ਬਲੱਡ ਠੀਕ ਹੈ ਜੀ, ਚੇਂਜ ਤੇ ਮਜ਼ਹਬ ਹੋਏ। ਇਹ ਗੱਲ ਸਮਝਣ ਲੱਗਿਆ ਮੈਨੂੰ ਕੋਈ 4-5 ਦਿਨ ਲੱਗੇ ਜੀ। ਪਲੀਜ਼ ਕੰਟੀਨਿਊ ਤੁਸੀਂ ਗੱਲ ਕਰ। ਦੇਖੋ ਜਿਹੜੀ ਤੁਸੀਂ ਗੱਲ ਕਹੀ ਹੈ, ਮੈਂ ਉਹਨੂੰ ਇੰਡੋਰਸ ਕਰਦਿਆਂ ਇਹ ਕਹਾਂਗਾ, ਭਗਤ ਕਬੀਰ ਹੋਏ ਨੇ ਇੱਕ ਜੀ, ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ। ਉਹ ਕਹਿੰਦੇ ਮਾਟੀ ਕੇ ਹਮ ਪੁਤਲੇ, ਮਿੱਟੀ ਜਿਹੜੀ ਹੈ, ਕਲੇਹ ਜਿਹੜੀ ਹੈ, ਉਹਦੇ 'ਤੇ ਕੋਈ ਗੜਵੀ ਬਣ ਜਾਂਦੀ ਹੈ, ਕੋਈ ਗਲਾਸ ਬਣ ਜਾਂਦਾ ਹੈ, ਕੋਈ ਚਾਟੀ ਬਣ ਜਾਂਦੀ ਹੈ। ਮਾਟੀ ਕੇ ਹਮ ਪੁਤਲੇ, ਮਾਨਸ ਰੱਖਿਓ ਨਾਓ, ਅਤੇ ਸਾਡਾ ਨਾਂ ਰੱਖ ਦਿੱਤਾ ਕਿ ਅਸੀਂ ਮਨੁੱਖ ਹੈਗੇ ਹਾਂ। ਭਗਤ ਫਰੀਦ ਇਹ ਕਹਿੰਦਾ ਹੈ, ਬਾਬਾ ਫਰੀਦ ਦੇ ਸ਼ਕਰਗੰਜ ਵਾਲੇ, ਖਾਕ ਨਾ ਨਿੰਦੀਏ, ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਠ ਨਾ ਕੋਈ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਈ। ਦੇਖੋ ਅਸੀਂ ਕੋਈ ਦਫਨ ਹੋ ਗਿਆ, ਕੋਈ ਸਾੜਿਆ ਗਿਆ, ਬਣਦੇ ਸਾਰੇ ਰਾਖ ਗਏ ਜੀ, ਬਿਲਕੁਲ ਇਸ ਖਾਕ ਚੋਂ ਪੈਦਾ ਹੋਏ ਹਾਂ, ਇਸ ਮਿੱਟੀ ਦੇ, ਇਸ ਧਰਤੀ ਦੇ ਬੱਚੇ ਹਾਂ, ਇਸ ਮਿੱਟੀ ਚੋਂ ਪੈਦਾ ਹੋ ਕੇ ਇਸ ਮਿੱਟੀ ਚ ਰਲ ਗਏ, ਕੁੱਲ ਕਾਇਨਾਤ ਦੇ ਜੀ, ਹਿੰਦੁਸਤਾਨ ਪਾਕਿਸਤਾਨ ਨਹੀਂ, ਪੰਜਾਬੀ ਨੌਨ ਪੰਜਾਬੀ ਨਹੀਂ, ਕੁੱਲ ਇਨਸਾਨੀਅਤ ਜਿਹੜੀ ਹੈ, ਕੁੱਲ ਜਿਹੜੀ ਮਨੁੱਖਤਾ ਹੈ, ਇਹ ਇੱਕ ਧਰਤੀ ਦੇ ਜਾਏ ਨੇ, ਇਸ ਧਰਤੀ ਵਿੱਚ ਸਾਰਿਆਂ ਨੇ ਸਮਾ ਜਾਣਾ ਜੀ। ਅੱਛਾ ਪਰਮਿੰਦਰ ਜੀ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਭਗਤ ਕਬੀਰ ਦੀ, ਔਰ ਬਾਅਦ ਦੇ ਵਿੱਚ ਤੁਸੀਂ ਇੱਕ ਸ਼ਲੋਕ ਬਾਬਾ ਫਰੀਦ ਦਾ ਸੁਣਾਇਆ, ਸਾਡੇ ਬਹੁਤ ਸਾਰੇ ਜਿਹੜਾ ਮੁਸਲਿਮ ਪੰਜਾਬੀ ਹੈ ਉਸਨੂੰ ਇਹ ਪਤਾ ਨਹੀਂ ਹੈ ਕਿ ਬਾਬਾ ਫਰੀਦ ਨੂੰ ਜਿਹੜੇ ਸਾਡੇ ਸਿੱਖ ਬਹਿਣਾ ਬਿਰਾ ਹਨ ਉਹ ਕਿਸ ਹੱਦ ਤੱਕ ਮੰਨਦੇ ਹਨ ਔਰ ਕਿਉਂ ਮੰਨਦੇ ਹਨ। ਮਿਸਾਲ ਦੇ ਤੌਰ 'ਤੇ ਮੈਨੂੰ ਪਤਾ ਹੈ ਕਿ ਬਾਬਾ ਫਰੀਦ ਦਾ ਜਿਹੜਾ ਕਲਾਮ ਸਾਡੇ ਸਾਹਮਣੇ ਆਇਆ ਉਹ ਬਾਬਾ ਨਾਨਕ ਦਾ ਕੁਲੈਕਟ ਕੀਤਾ ਹੋਇਆ, ਲੇਕਿਨ ਇਸ ਤੋਂ ਅੱਗੇ ਪਿੱਛੇ
ਇਹ ਵੀ ਸਿਰਫ ਜਿਹੜੀ ਸਾਡੀ ਕੋਈ ਅਸੀਂ ਪੰਜਾਬੀ ਐਕਟਿਵਿਜ਼ਮ ਨਾਲ ਜੁੜੇ ਹੋਏ ਹਾਂ, ਪੰਜਾਬੀ ਲਿਟਰੇਚਰ ਨਾਲ ਜੁੜੇ ਹੋਏ ਹਾਂ, ਉਹਨਾਂ ਚੰਦ ਲੋਕਾਂ ਨੂੰ ਪਤਾ ਹੈ, ਉਹ ਤਾਦਾਦ ਸਾਡੀ 1% ਵੀ ਨਹੀਂ ਬਣਦੀ ਜਿਨ੍ਹਾਂ ਨੂੰ ਇਹ ਪਤਾ ਹੈ। ਠੀਕ ਹੈ ਜੀ। ਤੁਸੀਂ ਕੁਛ ਦੱਸੋ ਕਿ ਬਾਬਾ ਫਰੀਦ ਦਾ ਜਿਹੜਾ ਗੁਰਬਾਣੀ ਦੇ ਵਿੱਚ ਕਲਾਮ ਹੈ, ਕਿਤਨੇ ਸ਼ਲੋਕ ਹਨ, ਕਿਵੇਂ ਹੈ, ਸਿੱਖਾਂ ਦੇ ਵਿੱਚ ਕੋਈ ਤਫਰੀਕ ਆਇਆ ਮੁਸਲਿਮ ਦੀ ਔਰ ਭਗਤ ਕਬੀਰ ਦੀ ਔਰ ਫਲਾਂ ਦੀ ਕਿਸੇ ਸਿੱਖ ਗੁਰੂ ਦੀ, ਇਹ ਆਉਂਦੀ ਹੈ ਜਾਂ ਸੇਮ ਉਸ ਤਰੀਕੇ ਦੇ ਨਾਲ ਬਾਬਾ ਫਰੀਦ ਨੂੰ ਪੜਿਆ ਜਾਂਦਾ? ਰਜ਼ਾ, ਸਭ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕ ਦਿੰਦਾ, ਤੁਸੀਂ ਸਵਾਲ ਬੇਹੱਦ ਖੂਬਸੂਰਤ ਕੀਤਾ ਹੈ, ਥੋੜ੍ਹਾ ਨਹੀਂ ਬੇਹੱਦ ਖੂਬਸੂਰਤ ਹੈ। ਦੇਖੋ, ਰੱਬ ਇੱਕ ਹੈ, ਕੋਈ ਉਹਨੂੰ ਅੱਲਾ ਕਹਿ ਲਵੇ, ਖੁਦਾ ਕਹਿ ਲਵੇ, ਐਲਮਾਈਟੀ ਕਹਿ ਲਵੇ, ਗੋਡ ਕਹਿ ਲਵੇ, ਰੱਬ ਕਹਿ ਲਵੇ, ਪਰਮਾਤਮਾ ਕਹਿ ਲਓ, ਰਾਮ, ਰਹੀਮ, ਉਹਦੇ ਨਾਂ ਅਲੱਗ ਅਲੱਗ ਨੇ, ਪਰ ਰੱਬ ਹੈ ਇੱਕ ਹੈ। ਰੱਬ ਇੱਕ ਹੈ, ਰੂਹਾਨੀ ਰੂਹਾਂ ਬੜੀਆਂ ਨੇ ਧਰਤੀ ਦੇ ਵੱਖ ਵੱਖ ਕੋਨਿਆਂ ਤੇ, ਜਿੱਥੇ ਵੱਖ ਵੱਖ ਬੋਲੀਆਂ ਬੋਲੀਆਂ ਜਾਂਦੀਆਂ ਨੇ, ਵੱਖ ਵੱਖ ਪਹਿਰਾਵੇ ਪਾਏ ਜਾਂਦੇ ਨੇ, ਉਹਨਾਂ ਧਰਤੀਆਂ ਤੇ ਉਹਨਾਂ ਬੋਲੀਆਂ ਵਾਲੇ ਥਾਵਾਂ ਤੇ ਵੱਖ ਵੱਖ ਰੂਹਾਂ, ਰੱਬੀ ਰੂਹਾਂ ਪੈਦਾ ਹੁੰਦੀਆਂ ਨੇ। ਭਗਤ ਫਰੀਦ ਜੀ ਸ਼ਰੇਈ ਮੁਸਲਮਾਨ ਨੇ ਔਰ ਨਮਾਜ਼ੀ ਮੁਸਲਮਾਨ ਨੇ। ਉਹ ਕਹਿੰਦੇ ਜਿਹੜਾ ਨਮਾਜ਼ ਨਹੀਂ ਪੜ੍ਹਦਾ, ਉਹ ਕਹਿੰਦੇ ਬੇਨਮਾਜ਼ਾ ਕੁੱਤਿਆ। ਇਹ ਨਾ ਭਲੀ ਰੀਤ, ਪੰਜੇ ਵਕਤ ਨਾ ਆਇਓ, ਉੱਠ ਕੇ ਚੱਲ ਮਸੀਤ। ਉਹ ਨਮਾਜ਼ੀ ਸਨ, ਪੱਕੇ ਨਮਾਜ਼ੀ ਸਨ, ਅਸ਼ਰੇਈ ਮੁਸਲਮਾਨ ਸਨ। ਬਾਬਾ ਨਾਨਕ, ਗੁਰੂ ਨਾਨਕ ਸਾਹਿਬ ਤੋਂ ਉਹ 300 ਸਾਲ ਪਹਿਲਾਂ ਹੋਏ ਨੇ ਜੀ। ਹਾਂ, 250 ਸਾਲ 250 ਜੀ, ਇਹ ਤਕਰੀਬਨ ਰਫਲੀ ਕਹਿ ਲਓ। ਜੀ, ਪਰ ਗੁਰੂ ਨਾਨਕ ਦੀ ਬਾਣੀ ਜਿਹੜੀ ਸੀ, ਉਹ ਸੀਨਾ ਬਸੀਨਾ ਤੁਰੀ ਆਈ ਹੈ 5ਵੇਂ ਗੁਰੂ ਤੱਕ, ਠੀਕ, ਗੁਰੂ ਅਰਜਨ ਦੇਵ ਤੱਕ, ਜਿਨ੍ਹਾਂ ਦੀ ਸ਼ਹਾਦਤ ਲਾਹੌਰ ਚ ਰਾਵੀ ਦੇ ਕੰਢੇ ਹੁੰਦੀ ਹੈ, ਗੁਰਦੁਆਰਾ ਡੇਰਾ ਸਾਹਿਬ ਚ। ਜੀ ਜੀ, 5ਵੇਂ ਗੁਰੂ ਨੇ ਫਿਰ ਪਹਿਲੇ ਗੁਰੂ ਤੋਂ ਲੈ ਕੇ ਦੂਜੇ ਗੁਰੂ ਦੀ, ਤੀਜੇ ਗੁਰੂ ਦੀ, ਚੌਥੇ ਗੁਰੂ ਦੀ ਤੇ ਆਪਣੀ ਇਹ ਬਾਣੀ ਇਕੱਠੀ ਕਰਕੇ, ਤੇ ਨਾਲ ਬਾਣੀ ਇਕੱਠੀ ਕੀਤੀ ਭਗਤ ਰਵਿਦਾਸ ਜੀ ਦੀ ਵੀ, ਜਿਹੜੇ ਜਾਤ ਦੇ ਚੁਮਿਆਰ ਸਨ, ਭਗਤ ਕਬੀਰ ਜੁਲਾਹਾ ਸਨ, ਉਹਨਾਂ ਦੀ ਬਾਣੀ ਇਕੱਠੀ ਕੀਤੀ। ਭਗਤ ਫਰੀਦ ਜੀ ਦੀ, ਜਿਹੜੇ ਕਿ ਸ਼੍ਰੇਈ ਮੁਸਲਮਾਨ ਸਨ, ਉਹਨਾਂ ਦੀ ਪਾਈ। ਭਗਤ ਨਾਮਦੇਵ ਮਹਾਰਾਸ਼ਟਰ ਦਾ ਸੀ, ਸ਼ੂਦਰ ਜਾਤ ਦਾ ਸੀ। ਇੱਕ ਹੋਰ ਸੀ ਭਗਤ ਸੈਨ, ਵੱਖ ਵੱਖ ਫਿਰਕਿਆਂ ਦੀਆਂ ਲੋਕਾਂ ਦੀਆਂ ਬਾਣੀਆਂ ਨੂੰ ਇਕੱਠਿਆਂ ਕਰਕੇ, ਜਿਹੜੀ ਲੱਗਦਾ ਸੀ ਉਹਨਾਂ ਨੂੰ ਕਿ ਗੁਰੂ ਨਾਨਕ ਦੀ ਫਿਲਾਸਫੀ ਦੇ ਨਾਲ ਰਲਦੀ ਮਿਲਦੀ ਹੈ, ਇੱਕ ਖੁਦਾ ਵਾਲੀ, ਉਹਨੂੰ ਇਕੱਠਿਆਂ ਕਰਕੇ ਪਰੋ ਕੇ ਇੱਕ ਜਗ੍ਹਾ ਰੱਖਿਆ। ਹੁਣ ਮੈਂ ਇੱਥੇ ਇੱਕ ਗੱਲ ਕਹਿਣ ਲੱਗਾ, ਤੁਹਾਡੇ ਸਵਾਲ ਦਾ ਜਵਾਬ ਮੈਂ ਹੁਣ ਦਿਆਂਗਾ। ਦੇਖੋ, ਦੁਨੀਆਂ ਵਿੱਚ ਅਨੇਕਤਾਵਾਂ ਬਹੁਤ ਨੇ, ਡਾਇਵਰਸੀਫਿਕੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਜੀ, ਸਾਡੇ 'ਚ ਬੋਲੀਆਂ ਦੀ ਅਨੇਕਤਾਵਾਂ ਨੇ, ਪਹਿਰਾਵਿਆਂ ਦੀ ਅਨੇਕਤਾ ਹੈ, ਰੰਗਾਂ ਦੀ ਅਨੇਕਤਾ ਹੈ, ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਬਰਾਊਨ ਹੈ, ਚੀਨਿਆਂ ਦੇ ਨਕਸ਼ਨੈਣ ਵੱਖੋ ਵੱਖਰੇ ਨੇ, ਅਨੇਕਾਂ ਤਰ੍ਹਾਂ ਦੀਆਂ ਡਾਇਵਰਸੀਫਿਕੇਸ਼ਨ ਨੇ। ਪਰ ਜਿਹੜਾ ਗੁਰੂ ਗ੍ਰੰਥ ਬਣਿਆ, ਜਿਹਨੂੰ 5ਵੇਂ ਗੁਰੂ ਨੇ
ਸੰਕਲਨ ਕੀਤਾ, ਐਡਿਟ ਕਰਕੇ ਇਕੱਠਾ ਕਰ ਦਿੱਤਾ, ਕੰਪਾਈਲ ਕਰ ਦਿੱਤਾ, ਉਹਨਾਂ ਸਾਰੀਆਂ ਡਾਇਵਰਸੀਫਿਕੇਸ਼ਨ ਨੂੰ ਇੱਕ ਜਗ੍ਹਾ 'ਤੇ ਇਕੱਠਿਆਂ ਕਰ ਦਿੱਤਾ, ਜਿਸ 'ਚ ਗੱਲ ਨਮਾਜ਼ ਦੀ ਵੀ ਹੁੰਦੀ ਹੈ, ਜਿਸ 'ਚ ਗੱਲ ਰਾਮ ਦੀ ਵੀ ਹੁੰਦੀ ਹੈ, ਰਹੀਮ ਦੀ ਵੀ ਹੁੰਦੀ ਹੈ, ਖੁਦਾ ਦੀ ਵੀ ਹੁੰਦੀ ਹੈ, ਅੱਲਾ ਦੀ ਵੀ ਹੁੰਦੀ ਹੈ, ਰੱਬ ਵਾਹਿਗੁਰੂ ਦੀ ਵੀ ਹੁੰਦੀ ਹੈ। ਗੱਲ ਕਹਿਣ ਤੋਂ ਇਹ ਹੈ ਕਿ ਸਾਰੀਆਂ ਅਨੇਕਤਾਵਾਂ ਨੂੰ ਇੱਕ ਏਕਤਾ ਦੇ ਹਾਰ ਵਿੱਚ ਪਰੋ ਦਿੱਤਾ। ਇੱਥੇ ਜੇ ਇਜਾਜ਼ਤ ਦਿਓ, ਜਿਹੜੀ ਗੁਰੂ ਨਾਨਕ ਸਾਹਿਬ ਦੀ ਕਰਤਾਰਪੁਰ ਦੇ ਵਿੱਚ ਗੁਰਦੁਆਰਾ ਜੀ, ਜਿਹੜਾ ਕਰਤਾਰਪੁਰ ਸਾਹਿਬ ਦਾ ਜੀ ਜੀ ਮੁਆਫ ਕਰਨਾ, ਜਿਹੜਾ ਗੁਰਦੁਆਰਾ ਹੁਣ ਬਣਿਆ ਨਾ ਨਵਾਂ, ਉਹ ਨਹੀਂ ਜਿਹੜਾ ਮੈਂ 14 ਸਾਲ ਪਹਿਲਾਂ ਵੇਖਿਆ ਸੀ ਜੀ, ਮੈਂ ਵੀ ਪੁਰਾਣਾ ਦੇਖਿਆ ਨਾਲ, ਮੇਰੇ ਕੋਲ ਉਹਦੀ ਤਸਵੀਰ ਹੈ ਜਿਹੜੀ ਮੈਂ ਖੁਦ ਲਾਈ ਇਸ ਨਾਲ ਆਪਣੇ ਕੈਮਰੇ ਵਿੱਚ। ਉਹ ਜਿੱਥੇ ਗੁਰੂ ਸਾਹਿਬ ਨੂੰ ਉਹਨਾਂ ਨੇ ਦਫਨ ਕੀਤਾ ਹੈ, ਉਹ ਬਰਾਬਰ ਤੇ ਸੀ। ਪਹਿਲਾਂ ਮੈਂ ਸੁਣਿਆ ਉਹਦੇ ਉੱਤੇ ਕਬਰ ਵਰਗੀ ਸ਼ੇਪ ਸੀ ਗੁਲਾਈ ਵਿੱਚ ਜੀ, ਬਿਲਕੁਲ ਕਬਰ ਬਣੀ ਹੋਈ ਸੀ, ਕਬਰ ਬਣੀ। ਆਰ ਹੁਣ ਬਦਕਿਸਮਤੀ ਨਾਲ ਉਹਨਾਂ ਨੇ ਗੁਲਾਈ ਹਟਾ ਕੇ ਦੂਸਰੀ ਫਲੈਟ ਕਰ ਦਿੱਤਾ ਹੈ, ਪਰ ਉਹਦੇ ਜਿਹੜਾ ਟੋਂਬ ਹੈ ਨਾ, ਇੱਕ ਪਾਸੇ ਇੱਕ ਬੰਨੇ ਗੁਰਮੁਖੀ ਵਿੱਚ ਤੇ ਦੂਜੇ ਬੰਨੇ ਸ਼ਾਹਮੁਖੀ ਵਿੱਚ ਭਗਤ ਕਬੀਰ ਦਾ ਇੱਕ ਸਲੋਕ ਹੈ, ਇੱਕ ਦੋਹਾ ਲਿਖਿਆ ਹੋਇਆ। ਉਹ ਸ਼ਾਇਦ ਅੱਜ ਹੈ ਕਿ ਨਹੀਂ ਹੈ ਮੈਨੂੰ ਪਤਾ ਨਹੀਂ। ਉਹ ਦੋਹਾ ਹੈ, ਅਵਲ ਅੱਲਹ ਨੂਰ ਉਪਾਇਆ, ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਹੁਣ ਸਾਰੇ ਬੰਦਿਆਂ ਨੂੰ ਕੁਦਰਤ ਦੇ ਕੇ ਆ, ਚਾਹੇ ਉਹ ਅਮੈਰੀਕਾ 'ਚ ਰਹਿੰਦਾ, ਚਾਹੇ ਕੈਨੇਡਾ 'ਚ ਰਹਿੰਦਾ, ਚਾਹੇ ਯੂਰਪ 'ਚ ਰਹਿੰਦਾ, ਚਾਹੇ ਅਫਰੀਕਾ 'ਚ ਰਹਿੰਦਾ। ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ, ਉਹੀ ਇੱਕ ਰੱਬ ਦਾ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿਹੜਾ ਚੰਗਾ ਤੇ ਕਿਹੜਾ ਮੰਦਾ, ਇੱਕੋ ਜਿਹੇ ਨੇ ਸਾਰੇ ਜੀ। ਇਹ ਗਲਤ ਅਸੀਂ ਅੱਗੇ ਜਾਰੀ ਰੱਖਦੇ ਹਾਂ। ਇੱਕ ਥੋੜਾ ਜਿਹਾ ਜਿਹੜਾ ਤੁਸੀਂ ਕਰਤਾਰਪੁਰ ਦੀ ਗੱਲ ਕੀਤੀ, ਕਿਉਂਕਿ ਕਰਤਾਰਪੁਰ ਮੇਰਾ ਕੋਈ ਪਿਛਲੇ 10-1 ਸਾਲ ਤੋਂ ਆਉਣਾ ਜਾਣਾ ਹੈ। ਮੈਂ ਉਹ ਪੁਰਾਣਾ ਕਰਤਾਰਪੁਰ ਜਿਹੜਾ ਹੈ ਮੈਂ ਉਹ ਵੀ ਦੇਖਿਆ, ਮੈਂ ਅੱਜ ਜਿਹੜਾ ਨਵਾਂ ਕਰਤਾਰਪੁਰ ਹੈ ਉਹ ਵੀ ਦੇਖਿਆ। ਔਰ ਅਸੀਂ ਜਿਹੜੇ ਇੱਕ ਜਦੋਂ ਵੀ ਉੱਥੇ ਜਾਂਦੇ ਸੀ ਤੇ ਅਸੀਂ ਹਮੇਸ਼ਾ ਲਾਂਘੇ ਦੀ ਗੱਲ ਕਰਦੇ ਸੀ ਕਿ ਲਾਂਘਾ ਜਿਹੜਾ ਹੈ ਖੁੱਲ੍ਹਣਾ ਚਾਹੀਦਾ ਹੈ। ਇਹ ਸਾਰੀਆਂ ਗੱਲਾਂ ਆਉਂਦੀਆਂ ਰਹੀਆਂ ਸੀ। ਜਿਹੜੀ ਤੁਸੀਂ ਕਬਰ ਦੀ ਗੱਲ ਕੀਤੀ ਨਾ, ਬਾਬਾ ਗੁਰੂ ਨਾਨਕ ਦੀ ਕਬਰ ਦੀ, ਉਹ ਕਬਰ ਅੱਜ ਵੀ ਉਂਝੀ ਹੈ ਜਿਵੇਂ ਪਹਿਲੇ ਸੀ, ਸੇਮ ਪਹਿਲੇ ਵਾਲੀ ਕੰਡੀਸ਼ਨ ਦੇ ਵਿੱਚ ਹੈ, ਉਹਨੂੰ ਕੋਈ ਨਹੀਂ ਬਦਲਿਆ ਗਈ ਹੈ। ਉਹ ਥਾਂ, ਉਹ ਕਬਰ, ਉਹ ਸਾਰਾ ਕੁਛ ਇੰਝੀ ਹੈ। ਉੱਥੇ ਜਿਹੜੀ ਲਿਖਤ ਹੈ ਉਹ ਲਿਖਤਾਂ ਵੀ ਅੱਜ ਹੀ ਉਂਝ ਹੀ ਹੈ, ਲੇਕਿਨ ਜਿਹੜੀਆਂ ਉੱਥੇ ਸਾਈਡ 'ਤੇ ਦੀਵਾਰਾਂ ਸਨ ਜਿੱਥੇ ਸਾਨੂੰ ਕੁਛ ਦਰਖਤ ਨਾਲ ਨਜ਼ਰ ਆਉਂਦੇ ਸੀ, ਉਹ ਦੀਵਾਰ ਦੇ ਉੱਪਰ ਕੁਛ ਚੀਜ਼ਾਂ ਜਿਹੜੀਆਂ ਲਿਖੀਆਂ ਹੋਈਆਂ ਸੀ, ਉਹ ਜ਼ਹਿਰੀ ਗੱਲ ਹੈ, ਉਹ ਚੀਜ਼ਾਂ ਉਹ ਨਹੀਂ ਰਹੀਆਂ। ਲੇਕਿਨ ਜਿਹੜੀ ਕਬਰ ਦੀ ਦੀਵਾਰ ਹੈ, ਉਹ ਇੱਕ ਜਿਹੜੀ ਚੌਖੱਟੀ ਜਿਹੀ ਬਣੀ ਹੋਈ ਜਗ੍ਹਾ ਸੀ, ਉਹ ਅੱਜ ਵੀ ਉਂਝ ਹੀ ਹੈ, ਬਲਕਿ ਉਸ ਤੋਂ ਵੀ ਬਿਹਤਰ ਸੂਰਤ ਹਾਲ ਦੇ ਵਿੱਚ ਸਾਨੂੰ ਉਹ ਨਜ਼ਰ ਆਉਂਦੀ ਜੀ। ਸ਼ੁਕਰ ਹੈ ਜੀ, ਸ਼ੁਕਰ ਹੈ। ਅੱਛਾ, ਅੱਗੇ ਇੱਕ ਜਿਹੜੀ ਹੋਰ ਅਸੀਂ ਗੱਲ ਕਰਾਂਗੇ, ਮਿਸਾਲ ਦੇ ਤੌਰ ਤੇ ਜਿਹੜਾ ਮੁਸਲਿਮ ਪੰਜਾਬੀ ਆ ਜਾਂ ਮੁਸਲਮਾਨ ਦੁਨੀਆਂ ਦੇ ਵਿੱਚ, ਇਹਦੇ ਪੰਜਾਬੀ ਦੀ ਤੇ ਕੈਦ ਹੀ ਨਹੀਂ, ਮੁਸਲਮਾਨ ਦੁਨੀਆਂ ਦੇ ਵਿੱਚ ਜਿੱਥੇ ਵੀ ਬੈਠਾ, ਉਹ ਕਹਿੰਦਾ ਕੁਲ ਵੱਲਾ ਹਦ ਅੱਲਾ ਸਮਦ ਲਾਮੀ ਜਲਦ ਵਲਾਮੀ ਜਲਦ ਵਲਾਮੀ ਯਕੁੱਲਾਹੁ ਕੁਫਵਨ ਅਹਦ। ਅੱਲਾ ਇੱਕ ਹੈ, ਅੱਲਾ ਦੀ ਏਕਤਾ ਦਾ। ਗੁਰਬਾਣੀ ਵੀ ਇਹ ਕਹਿੰਦੀ ਹੈ ਕਿ ਸਾਹਿਬ ਮੇਰਾ ਏਕੋ ਹੈ, ਇਹ ਇੱਕ ਜਗ੍ਹਾ ਤੇ ਨਹੀਂ ਆਉਂਦਾ। ਕੁਰਾਨ ਦੇ ਵਿੱਚ ਵੀ ਕਈ ਜਗ੍ਹਾ ਤੇ ਆਉਂਦਾ ਹੈ, ਗੁਰਬਾਣੀ ਦੇ ਵਿੱਚ ਵੀ ਕਈ ਜਗ੍ਹਾ ਤੇ ਆਉਂਦਾ ਹੈ। ਬਾਬਾ ਨਾਨਕ ਦੀ ਅਗਰ ਅਸੀਂ ਲਾਈਫ ਪੂਰੀ ਦੇਖੀਏ
ਤੇ ਉਹ ਵੀ ਉਸ ਰੱਬ ਦੀ ਏਕਤਾ ਦਾ ਪ੍ਰਚਾਰ ਕਰਦੇ ਹੋਏ ਇਸ ਦੁਨੀਆ ਤੋਂ ਅੱਗੇ ਗਏ, ਜੀ ਆਪਣਾ ਕਲਾਮ ਛੱਡ ਗਏ, ਆਪਣੀ ਲਾਈਫ ਪਿੱਛੇ ਛੱਡ ਗਏ ਉਹਨਾਂ ਕਰੋੜਾਂ ਲੋਕਾਂ ਵਾਸਤੇ, ਜਿਹੜੀ ਅੱਜ ਵੀ ਉਹਨਾਂ ਦੀ ਉਸ ਲਾਈਫ ਤੋਂ, ਗੁਰਬਾਣੀ ਤੋਂ ਸਾਰਾ ਕੁਝ ਪਾ ਸਕਦੇ ਹਾਂ। ਸੇਮ ਕੁਰਾਨ ਜੀ ਦਾ ਹੈ ਕਿ ਕੁਰਾਨ ਜੀ ਦੇ ਵਿੱਚ ਉਹ ਸਾਰਾ ਕੁਝ ਅਸੀਂ ਲੈ ਸਕਦੇ ਹਾਂ। ਹੁਣ ਅਸੀਂ ਇਹਦੇ ਵਿੱਚ ਇੱਕ ਦੇਖੀਏ, ਇਹ ਜਿਹੜੀ ਰਿਲੀਜੀਅਸ ਸਾਂਝ ਹੈ, ਮਜ਼ਹਬਾਂ ਦੀ ਸਾਂਝ ਹੈ, ਮਜ਼ਹਬਾਂ ਦੀ ਸਾਂਝ ਤੋਂ ਵੱਧ ਕੇ ਜਿਹੜੀ ਇੱਕ ਰਿਲੀਜੀਅਸ ਥੀਮ ਜਾਂ ਰਿਲੀਜੀਅਸ ਨਜ਼ਰੀਆ ਹੈ, ਉਹ ਕਿਵੇਂ ਬਜ਼ਾਹਿਰ ਤੇ ਸਾਨੂੰ ਵੱਖੋ ਵੱਖ ਨਜ਼ਰ ਆਉਂਦਾ ਹੈ, ਲੇਕਿਨ ਉਹ ਜਿਹੜਾ ਏਕਤਾ ਦਾ ਨਜ਼ਰੀਆ ਹੈ, ਇਹਦੇ ਤੇ ਕੋਈ ਸਾਡੇ ਸੁਣਨ ਵਾਲਿਆਂ ਨੂੰ ਕੁਛ ਦੱਸੋ ਕਿ ਇਹ ਕਿਵੇਂ ਸਿੱਖੀ ਦੇ ਵਿੱਚ ਪਾਇਆ ਜਾਂਦਾ ਹੈ। ਮੈਂ ਪਹਿਲਾਂ ਤੁਹਾਨੂੰ ਇੱਕ ਕਿਤਾਬ ਦੇ ਦੀਦਾਰ ਕਰਾਉਣਾ, ਇਹ ਦੇਖ ਲਿਆ ਜੀ, ਜੀ ਬਾਬਾ ਨਾਨਕ, ਹਾਂ ਇਹ ਇਹਦਾ ਹੁਣ ਆਥਰ ਵੀ ਇਹ ਦੇਖ ਲਿਓ, ਇੱਕ ਮਿੰਟ ਕੌਣ ਨੇ, ਹਾਂ ਜੀ, ਸੈਯਦ ਅਫਜ਼ਲ ਹੈਦਰ, ਹਾਂ ਸੈਯਦ ਅਫਜ਼ਲ ਇਹ ਹੈਦਰ ਪਾਕਿਸਤਾਨ ਦੇ ਵਜ਼ੀਰੇ ਕਾਨੂੰਨ, ਜੀ, ਵਜ਼ੀਰੇ ਕਾਨੂੰਨ ਰਹਿ ਚੁੱਕੇ। ਇਹਨਾਂ ਨੇ ਇੱਕ ਕਿਤਾਬ ਮੈਨੂੰ, ਮੇਰੀ ਜਿਹੜੀ ਵਿਜ਼ਿਟ ਸੀ ਉਸ ਦੌਰਾਨ ਦੇ ਵਿੱਚ ਉਹਨਾਂ ਮੈਨੂੰ ਇਹ ਦਿੱਤੀ ਆਪਣੇ ਦਸਤੇ ਮੁਬਾਰਕ ਬਕਾਇਦਾ ਸਾਈਨ ਕਰਕੇ, ਬੜਾ ਮਸ਼ਹੂਰ ਆ ਉਹਨਾਂ ਦਾ। ਜੀ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਜਿਹੜੀ ਬੇਗਮ ਹੈ ਸੈਯਦ ਸਾਹਿਬ ਦੀ, ਉਹਦਾ ਪਿਛੋਕੜ ਬਾਬਾ ਫਰੀਦ ਸ਼ਕਰਗੰਜ ਵਾਲਿਆਂ ਨਾਲ ਹੈ। ਠੀਕ ਹੈ, ਉਹਨਾਂ ਨੇ ਇਹ ਗੱਲ ਦੱਸੀ ਮੈਨੂੰ। ਦੇਖੋ ਜਿਵੇਂ ਤੁਸੀਂ ਫਰਮਾਇਆ ਕੁਰਾਨ ਦੇ ਵਿੱਚ ਵੀ, ਤੇ ਮੈਂ ਜਿਵੇਂ ਬੇਨਤੀ ਕੀਤੀ ਤੁਹਾਡੇ ਨਾਲ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਅਨੇਕਤਾਵਾਂ ਨੇ, ਇੱਕ ਅਨੇਕਤਾ ਮੈਂ ਭੁੱਲ ਗਿਆ, ਧਰਮਾਂ ਦੀ ਅਨੇਕਤਾ ਵੀ ਹੈਗੀ ਹੈ, ਮਜ਼ਹਬਾਂ ਦੀ ਅਨੇਕਤਾ ਵੀ ਹੈ, ਮੈਂ ਸਵਾਲ ਇਸ ਲਈ ਕਾਮ ਕੀਤਾ ਦੀ, ਹਿੰਦੂ ਧਰਮ ਦੀ, ਵੇਦਾਂ ਦੀ, ਸ਼ਾਸਤਰਾਂ ਦੀ, ਸਾਰੀਆਂ ਗੱਲਾਂ ਨੇ, ਪਰ ਉਹ ਸਾਰੀਆਂ ਅਨੇਕਤਾਵਾਂ ਨੂੰ ਇੱਕ ਏਕਤਾ 'ਚ ਬੰਨਿਆ। ਇੱਥੇ ਮੈਂ ਤੁਹਾਡੇ ਨਾਲ ਇੱਕ ਹੋਰ ਨਜ਼ਮ ਸਾਂਝੀ ਕਰਾਂਗਾ ਜਿਹੜੀ ਮੈਂ ਲਿਖੀ ਹੈ, ਇਹ ਸਿੱਖੀਏ, ਉਹਦਾ ਟਾਈਟਲ ਹੈ ਸਿੱਖੀਏ, ਲੈਟ ਅਸ ਲਰਨ, ਪੰਜਾਬੀ ਦੀ ਨਜ਼ਮ ਹੈ ਜੀ। ਇਨਸਾਨ ਇਨਸਾਨਾਂ ਦੀ ਦੁਨੀਆ ਵਿੱਚ ਇਨਸਾਨ ਦਾ ਵੈਰੀ, ਇਨਸਾਨ ਇਨਸਾਨਾਂ ਦੀ ਦੁਨੀਆ ਵਿੱਚ ਇਨਸਾਨ ਦਾ ਵੈਰੀ, ਇਨਸਾਨ ਇਨਸਾਨ ਨੂੰ ਖਾ ਰਿਹਾ, ਇਨਸਾਨ ਦੂਰ ਨੱਸਦਾ ਜਾ ਰਿਹਾ ਹੈ, ਹੈਵਾਨ ਨਜ਼ਦੀਕ ਭੱਜਦਾ ਆ ਰਿਹਾ ਹੈ, ਭਾਈ ਭਾਈ ਦਾ ਦੁਸ਼ਮਣ, ਭਾਈ ਤੋਂ ਮੁਰਾਦ ਇੱਥੇ ਹੈ ਜੀ ਗੁਰਦੁਆਰੇ ਦਾ ਭਾਈ, ਠੀਕ, ਗ੍ਰੰਥੀ ਕਹਿ ਲਓ, ਭਾਈ ਭਾਈ ਦਾ ਦੁਸ਼ਮਣ, ਪੰਡਿਤ ਪੰਡਿਤ ਦਾ ਵੈਰੀ ਮੰਦਰਾਂ ਦਾ, ਭਾਈ ਭਾਈ ਦਾ ਦੁਸ਼ਮਣ, ਪੰਡਿਤ ਪੰਡਿਤ ਦਾ ਵੈਰੀ, ਮੁੱਲਾ ਮੁੱਲਾ ਦਾ ਕਾਤਲ, ਨੇਤਾ ਨੇਤਾ ਦਾ ਵਿਰੋਧੀ ਲੀਡਰ ਜਿਹੜੇ ਨੇ, ਵਪਾਰੀ ਗਾਹਕ ਦਾ ਦੁਖੀ, ਮਜ਼ਹਬ ਮਜ਼ਹਬ ਵਿੱਚ ਮੁਕਾਬਲਾ, ਸੱਚਾ ਧਰਮ ਪੰਖ ਕਰ ਉੱਡ ਰਿਹਾ, ਖੰਭ ਲਾ ਕੇ ਉੱਡ ਗਿਆ ਉਹ, ਇਨਸਾਨੀਅਤ ਅਲੋਪ, ਹੈਵਾਨੀਅਤ ਦਾ ਜ਼ਾਰਾ ਨੰਗਾ ਨਾਚ, ਇਨਸਾਨ ਇਨਸਾਨ ਤੋਂ ਦੁਖੀ, ਚੇਲਾ ਗੁਰੂ ਤੋਂ ਦੁਖੀ, ਗੁਰੂ ਚੇਲਾ ਤੋਂ ਦੁਖੀ, ਨਿਰਧਨ ਸਰਧਨ ਤੋਂ ਦੁਖੀ, ਨਿਰਧਨ ਧਨ ਤੋਂ ਬਗੈਰ ਵਾਲਾ ਤੇ ਸਰਧਨ ਧਨ ਵਾਲਾ, ਗਰੀਬ ਅਮੀਰ ਤੋਂ ਦੁਖੀ, ਅਮੀਰ ਗਰੀਬ ਤੋਂ ਦੁਖੀ, ਇਨਸਾਨ ਦੀ ਦੁਨੀਆਂ ਵਿੱਚ ਦਿਸੇ ਕੋਈ ਨਾ ਸੁਖੀ। ਅੱਗੋਂ ਹੈ ਜੀ, ਆਓ ਸਿੱਖੀਏ, ਆਓ ਸਿੱਖੀਏ, ਸੁਖ ਰਹਿਣਾ ਸਿੱਖੀਏ, ਸੁਖ ਦੇਣਾ ਸਿੱਖੀਏ, ਖੁਸ਼ ਰਹਿਣਾ ਸਿੱਖੀਏ, ਖੁਸ਼ ਕਰਨਾ ਸਿੱਖੀਏ, ਆਓ ਸਿੱਖੀਏ, ਗੀਤਾ ਤੋਂ ਸਿੱਖੀਏ।
ਹਿੰਦੂਆਂ ਦਾ ਜਿਹੜਾ ਸਕ੍ਰਿਪਚਰ ਜੇ ਉਹ ਸਿੱਖੀਏ, ਗੀਤਾ ਤੋਂ ਸਿੱਖੀਏ, ਬਾਈਬਲ ਤੋਂ ਸਿੱਖੀਏ, ਕੁਰਾਨ ਤੋਂ ਸਿੱਖੀਏ, ਪੁਰਾਣ ਤੋਂ ਸਿੱਖੀਏ, ਬੁੱਧ ਤੋਂ ਸਿੱਖੀਏ, ਗੁਰੂ ਗ੍ਰੰਥ ਤੋਂ ਸਿੱਖੀਏ, ਗੁਰੂਆਂ ਤੋਂ ਸਿੱਖੀਏ, ਕਬੀਰ ਤੋਂ ਸਿੱਖੀਏ, ਫਰੀਦ ਤੋਂ ਸਿੱਖੀਏ, ਸੂਰਦਾਸ ਤੋਂ ਸਿੱਖੀਏ, ਰਵਿਦਾਸ ਤੋਂ ਸਿੱਖੀਏ, ਜੈਵਦੇਵ ਤੋਂ ਸਿੱਖੀਏ, ਮੁਹੰਮਦ ਸਾਹਿਬ ਤੋਂ ਸਿੱਖੀਏ, ਬੇਨੀ ਤੋਂ ਸਿੱਖੀਏ, ਤ੍ਰਿਵੇਣੀ ਤੋਂ ਸਿੱਖੀਏ। ਸਿੱਖੀਏ ਕੀ? ਹੁਣ ਸਵਾਲ ਹੈ ਸਿੱਖੀਏ ਕੀ ਉਹਨਾਂ ਕੋਲੋਂ? ਸਿੱਖੀਏ ਕੀ? ਅਨੇਕ ਹਾਂ, ਵੱਖ ਵੱਖ ਹਾਂ, ਅਨੇਕ ਹਾਂ ਫਿਰ ਵੀ ਏਕ ਹਾਂ, ਵਾਹ ਵਾਹ ਵਾਹ, ਏਕ ਪਿਤਾ ਏਕਸ ਕੇ ਹਮ ਬਾਰਕ, ਵਾਹ ਵਾਹ ਵਾਹ, ਏਕ ਪਿਤਾ ਏਕਸ ਕੇ ਹਮ ਬਾਰਕ, ਮਾਨਸ ਕੀ ਜਾਤ ਹਾਂ, ਵੱਖ ਵੱਖ ਰੰਗ ਭਾਵੇਂ, ਵੱਖ ਵੱਖ ਨਸਲ ਭਾਵੇਂ, ਵੱਖ ਵੱਖ ਬੋਲੀ ਭਾਵੇਂ, ਪਰ ਇੱਕੋ ਜਿਹੇ ਨਕਸ਼ ਨੈਣ, ਨੱਕ ਕੰਨ ਬਦਨ ਹੈ ਨ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਦੇਖੋ ਮਨ ਸਭ ਚੰਗੇ, ਸਭ ਚੰਗੇ। ਵਾਹ।